rahattır bepeyi. Evet. Arı mukun imam ibn-i Kudamma. Ya da dusra çoğdu. Ertevi imam-ı Ahmet ibn-i Hanbel. Koyu yale sonunda banda utini si parda. Deli imam-ı Abdullah Multani ne kapı pati. Çal peya peyla roke ayla di sami. Çoru ho gaya sonra sonra di bani. Uti uti parna. İmam formanı da yusandol kirato. Yusirul kirato ve dua fi salatil cenaz. Erhamda şerif bir delt pade çıpake. Duama mi çıpake pade. Na nalam vayna haril mesih khilafan. ਆਂਦੇ ਇੱਕ ਕਾਰਮ ਨਹੀਂ ਲੱਭਾ ਸਾਨੂੰ ਜਿਹੜਾ ਇਹਦੇ ਸੁਨਨਤ ਖਵਾਉਂਦਾ ਹੋਵੇ ਤੇ ਉਹ ਕੋਈ ਇਹਦੇ ਚ ਇਖਤਲਾਫ ਕਰਦਾ ਹੋਵੇ ਆਂਦਾ ਉੱਚੀ ਬਣਿਆ ਇੱਕ ਵੀ ਨਹੀਂ ਵਲਾ ਯਕਰ ਬਾਦ ਉਮਲ ਕੋ ਵਕਾ ਦੇ ਹੋਵੇ ਯਾਨੀ ਇਬਨ ਅਬਾਸ ਅਨੋ ਜਹਰ ਅਬਾਸ ਦਿਲ ਕਿਦਾ ਇੱਕ ਇਬਨ ਅਬਾਸ ਤੋਂ ਰਵਾਇਤ ਆਈ ਬਨੇ ਕਰੀ ਅਲਹਮਦ ਉੱਚੀ ਪੜਦੀ ਕਾਰ ਅਹਮਦ ਇਨਮਾ ਜਹਰ ਅਲ ਤਾਲੀਮ ਉਹਨੇ ਸਿਰਫ ਇਸ ਤੋਂ ਕੀਤਾ ਸੀ ਬਲੋਗ ਜਿਹੜੇ ਉਹਨੂੰ ਪਤਾ ਲੱਗਦਾ ਬਿਲ ਅਹਮਦ ਪੜੀ ਦੀ ਆ ਵਰਨਾ ਤਰੀਕਾ ਕੋਈ ਨਹੀਂ ਆ ਤਕਬੀਰਾਂ ਜਿੰਨੀਆਂ ਜੀ ਚਾਹੁਣ ਪਹਿਲੀ ਤਕਬੀਰ ਤੋਂ ਫਾਤਿਹਾ ਬਾਅਦ ਦਿਲ 'ਚ ਜ਼ਰੂਰ ਸ਼ਰੀਫ ਦਿਲ 'ਚ ਦੁਆ ਜਿਹੜੀ ਹੈਗੀ ਅੱਲਾਹ ਦੇ ਰਸੂਲ ਅਸਲਾਮ ਹਮੇਸ਼ਾ ਦਿਲ 'ਚ ਹੀ ਕਰਦੇ ਸੀ ਇੱਕ ਰਵਾਇਤ ਦੇ ਬਾਰੇ 'ਚ ਕਹਿ ਦਿੰਦੇ ਵੀ ਕਿਸੇ ਸਾਬੀ ਨੇ ਸੁਣਿਆ ਤਾਂ ਉਹਨੇ ਆਖਿਆ ਮੇਰਾ ਦਿਲ ਕੀਤਾ ਵੀ ਇਹ ਮੁਰਦਾ ਮੈਂ ਹੁਣਾਂ ਉਹਦਾ ਅੱਗੇ ਰੌਲਾ ਵੀ ਕਦੋਂ ਸੁਣਿਆ ਜਿਹੜੀਆਂ ਅੱਤਾਂ ਯਾਦ ਦੀਆਂ ਦੁਆਵਾਂ ਲੋਕਾਂ ਨੇ ਦੱਸੀਆਂ ਵੀ ਹਜ਼ੂਰ ਕੋਲ ਸੁਣੀਆਂ ਵਿੱਚ ਸੁਣਦੇ ਸੀ ਬਾਅਦ 'ਚ ਪੁੱਛਿਆ ਉਹਨੇ ਕਿ ਯਾਰ ਰਸੂਲਾ ਪੜਿਆ ਆਪਨੇ ਆਖਿਆ ਪੜਿਆ ਐ ਮਾਮੇ ਨਬੀ ਰਹਿਮਤੁੱਲਾ ਦਾ ਪੜ ਕਿਉਂਕਿ ਉਮਰ ਸਾਰੀ ਮੁਥਰੇ ਕਿਸੇ ਉੱਚੀ ਨਹੀਂ ਪੜਨਾ ਉਹਨਾਂ ਨੇ ਉਸੇ ਵੇਲੇ ਆਖਿਆ ਯਾਰ ਇਹ ਸਾਬੀ ਨੇ ਕੀ ਕਿਹਾ ਤਾਂ ਵੀ ਆਪ ਦੀ ਦੁਆ ਯਾਦ ਕੀਤੀ ਅਲ ਫਤੁਰ ਰੱਬਾਨੀ ਸੱਤਵੀਂ ਜਿਲਦ 240 ਸਫ਼ਾ ਕਾਰਨ ਨਵਵੀ ਰਹਿਮਹੁਲਾ ਵਫੀ ਕਿ ਜਨਾਜ਼ੇ ਜਿਹੜੇ ਆਉਂਦੇ ਬਾਅਦ ਲੋਕਾਂ ਨੇ ਆਖਿਆ ਕਿ ਉਹ ਰਾਤ ਦੀ ਨਮਾਜ਼ ਹੋਵੇ ਤਾਂ ਫਿਰ ਦਿਲ 'ਚ ਪੜੇ ਉੱਚੀ ਪੜੇ ਆਇਸਤਾ ਅਤੇ ਦੂਸਰੀ ਉੱਚੀ ਵਾ ਅਮਦ ਦੁਆ ਫੈਸਰੁਲੂ ਬਿਲਾ ਖਿਲਾ ਆਉਂਦੇ ਦੁਆ ਤਾਂ ਬਿਲਕੁਲ ਹੀ ਆਸਤਾ ਪੜੇ ਵਿੱਚ ਇਖਤਲਾਫ ਕੋਈ ਨਹੀਂ ਵਹੀਨ ਅਜ਼ਨ ਯੁਤਾਬਰ ਹਾਜ਼ਰ ਦੀ ਸਲਾਹ ਨਾ ਕੌਲਾ ਫਿਰ ਤੋਂ ਮੈਂ ਦੁਆਈ ਐ ਅੱਲਾ ਮਨੀ ਹੈ ਬਾਦ ਅਸਰਾਤ ਫਿਰ ਹਾਂ ਫਰਮਾਉਂਦੇ ਫਿਰ ਇਹ ਜਿਹੜਾ ਕਿ ਮੈਂ ਯਾਦ ਕੀਤੀ ਹੈ ਦੁਆ ਹਜ਼ੂਰ ਦੀ ਉਹਦਾ ਇਹ ਮਤਲਬ ਲਿਆਓਗੇ ਦੇਊਗੇ ਜਦੋਂ ਸਾਰੇ ਉਲਮਾ ਜਾਣਦੇ ਵੀ ਮਨਾਜ਼ਿਜ ਆਸਤਾ ਪੜੀ ਅਤੇ ਬਾਅਦ 'ਚ ਮੈਨੂੰ ਹਜ਼ੂਰ ਨੇ ਸਿਖਾਇਆ ਅਤੇ ਮੈਂ ਫਿਰ ਉਹਨੂੰ ਯਾਦ ਕਰ ਲਿਆ ਇਸ ਤੋਂ ਅੱਤਾ ਯਾਦ ਦਰਬੂਦ ਦੁਆਵਾਂ ਜਾਂ ਜਿਹੜੀਆਂ ਸਰਕੂ ਸਹੀ ਦੇ ਸਾਰੀਆਂ ਸਾਹਿਬਾਂ ਨੇ ਦੱਸੀਆਂ ਉਸ ਵਿੱਚ ਸੁਣਦੇ ਸੀ ਹਜ਼ੂਰ ਕੋਲ ਬਾਅਦ 'ਚ ਪੁੱਛਦੇ ਆਹਿਸਤਾ ਆਹਿਸਤਾ ਬਿਲਕੁਲ ਕੁਲ ਤੋਂ ਯਾ ਹਟਾ ਮਿਲਾਈ ਕਾਰਨ ਦਹਰਾ ਬਿਦਵਾ ਸੀ ਬਾਦਲ ਹਯਾਨ ਨੇ ਕਸਬੇ ਤਾਲੀਮ ਜਾਂ ਉਸੇ ਫਾਤਿਹਾ ਨੂੰ ਕਦੀ ਕਦੀ ਆਪ ਨੇ ਦੱਸਣ ਲਈ ਬੈਠੇ ਦੁਆਵਾਂ ਵੀ ਖਰੀਦੀਆਂ ਪੜ੍ਹੀਆਂ